ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਕਾਫੀ ਦਿਨਾਂ ਦੇ ਬਾਅਦ ਵੀਡੀਓ ਬਣਾ ਰਹੀ ਹਾਂ। ਕੁਛ ਮੈਂ ਫਰੂਟ ਪਲਾਂਟ ਜਿਹੜੇ ਆ ਉਹਨਾਂ ਦੀ ਅਦਲਾ ਬਦਲੀ ਕਰ ਰਹੀ ਸੀ ਗਮਲਿਆਂ ਦੀ, ਅਤੇ ਛੋਟੇ ਗਮਲਿਆਂ ਦੇ ਵਿੱਚੋਂ ਵੱਡੇ ਗਮਲਿਆਂ ਦੇ ਵਿੱਚ ਮੈਂ ਫਰੂਟ ਪਲਾਂਟ ਲਗਾ ਰਹੀ ਹਾਂ, ਪਰ ਮੈਂ ਉਹਨਾਂ ਦੀ ਵੀਡੀਓ ਨਹੀਂ ਬਣਾਈ ਕਿਉਂਕਿ ਮੈਂ ਇਕੱਲੀ ਨੇ ਵੀਡੀਓ ਬਣਾਉਣੀ ਹੁੰਦੀ ਹੈ, ਇਸ ਵਕਤ ਥੋੜ੍ਹੀ ਦਿੱਕਤ ਆਉਂਦੀ ਆ। ਅਤੇ ਮੈਂ ਸੋਚਿਆ ਚਲੋ ਮੈਂ ਕੁਛ ਫਰੂਟ ਪਲਾਂਟ ਲੈ ਕੇ ਆਈ ਸੀ ਅਤੇ ਉਹਨਾਂ ਦੀ ਵੀਡੀਓ ਮੈਂ ਪਾ ਦਿੰਦੀ ਹਾਂ ਕਿ ਮੈਂ ਇੱਕ ਬਿਲਕੁਲ ਦੇਸੀ ਤਰੀਕੇ ਦੇ ਨਾਲ ਪਲਾਂਟ ਕਿਸ ਤਰ੍ਹਾਂ ਲਗਾਉਂਦੀ ਹਾਂ। ਉਹਦੇ ਵਿੱਚ ਆਪਾਂ ਕੋਈ ਵੀ ਜਿਹੜਾ ਖਰਚਾ ਵਗੈਰਾ ਵਾ ਉਹ ਨਹੀਂ ਕਰੀਦਾ। ਇਹ ਪਲਾਂਟ ਵੀ ਮੈਂ ਸਰਕਾਰੀ ਨਰਸਰੀ ਤੋਂ ਜਿਹੜਾ ਆ ਸ਼ਾਇਦ 25 ਜਾਂ 30 ਰੁਪਏ ਦਾ ਸੀਗਾ, ਮੈਨੂੰ ਪੂਰਾ ਨਹੀਂ ਯਾਦ ਹੈਗਾ। ਇਹ ਨਿੰਬੂ ਦੀ ਕੋਈ ਵਰਾਇਟੀ ਆ, ਸਰਕਾਰੀ ਨਰਸਰੀ ਵਾਲਿਆਂ ਨੂੰ ਵਰਾਇਟੀਆਂ ਦਾ ਜ਼ਿਆਦਾਤਰ ਨਹੀਂ ਪਤਾ ਹੁੰਦਾ। ਇਹ ਗ੍ਰਾਫਟਡ ਪਲਾਂਟ ਨਹੀਂ ਹੈਗਾ, ਇਹ ਕਟਿੰਗ ਤੋਂ ਤਿਆਰ ਕੀਤਾ ਹੋਇਆ ਆ ਅਤੇ ਇਹਦੀ ਹਾਈਟ ਲਗਭਗ 1.5 ਫੁੱਟ ਦੇ ਕਰੀਬ ਆ। ਅਤੇ ਇੰਨੇ ਪਲਾਂਟ ਵਾਸਤੇ ਆਪਾਂ 10x14 ਇੰਚੀ ਦਾ ਜਿਹੜਾ ਆ ਸੀਮੈਂਟ ਦਾ ਪੋਟ ਲਿਆ ਆ, ਕਿਉਂਕਿ ਪਹਿਲਾਂ ਜਦੋਂ ਆਪਾਂ ਸ਼ੁਰੂਆਤ ਦੇ ਵਿੱਚ ਪਲਾਂਟ ਲਗਾਉਂਦੇ ਹਾਂ ਨਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਹੋਵੇ, ਉਹਦੇ ਵਾਸਤੇ ਤੁਸੀਂ ਸੀਮੈਂਟ ਜਾਂ ਫਿਰ ਤੁਸੀਂ ਮਿੱਟੀ ਦਾ ਪੋਟ ਹੀ ਲਵੋ, ਪਲਾਸਟਿਕ ਦੇ ਪੋਟ ਵਿੱਚ ਨਾ ਲਗਾਓ। ਕਿਉਂਕਿ ਸ਼ੁਰੂਆਤੀ ਦੇ ਵਿੱਚ ਜਿਹੜੀਆਂ ਜੜ੍ਹਾਂ ਹੁੰਦੀਆਂ ਨਾ ਉਹਨਾਂ ਨੂੰ ਮਤਲਬ ਕਿ ਵਧਣ ਵਾਸਤੇ ਜਗ੍ਹਾ ਚਾਹੀਦੀ ਹੁੰਦੀ ਆ, ਅਤੇ ਬਾਰਿਸ਼ ਦੇ ਵਿੱਚ ਜਦੋਂ ਜ਼ਿਆਦਾ ਬਾਰਿਸ਼ ਹੋ ਜਾਂਦੀ ਹੈ ਅਤੇ ਜਿਹੜੇ ਪਲਾਸਟਿਕ ਦੇ ਪੋਟ ਹੁੰਦੇ ਉਹ ਪਾਣੀ ਨਹੀਂ ਸੋਕਦੇ ਜ਼ਿਆਦਾ, ਉਹਨਾਂ ਦੇ ਵਿੱਚ ਪਾਣੀ ਜਿਹੜਾ ਹੈ ਉਹ ਜਮ੍ਹਾਂ ਹੋ ਜਾਂਦਾ, ਅਤੇ ਸੀਮੈਂਟ ਅਤੇ ਮਿੱਟੀ ਦੇ ਪੋਟ ਜਿਹੜੇ ਹੁੰਦੇ ਉਹ ਛੇਤੀ ਛੇਤੀ ਜਿਹੜੇ ਆ ਉਹ ਡਰਾਈ ਹੋ ਜਾਂਦੇ ਆ ਥੋੜ੍ਹੀ ਜਿਹੀ ਧੁੱਪ ਲੱਗਣ ਦੇ ਨਾਲ ਹੀ। ਅਤੇ ਇਸ ਕਰਕੇ ਮੈਂ ਜਿਹੜਾ ਇਹ ਸੀਮੈਂਟ ਦਾ ਪੋਟ ਲਿਆ ਆ, ਕਾਫੀ ਭਾਰੇ ਮੇਰੇ ਇਹ ਪੋਟ ਆ, ਕਾਫੀ ਪੁਰਾਣੇ ਆ, 6-7 ਸਾਲ ਪੁਰਾਣੇ। ਇਹ ਮੈਂ ਆਪ ਬਣਵਾਏ ਸੀ ਉਦੋਂ 70-70 ਰੁਪਏ ਦੇ, ਹੁਣ ਤਾਂ ਕਾਫੀ ਮਹਿੰਗੇ ਬਣਨਗੇ, ਪਰ ਇਹਨਾਂ ਨੂੰ ਬਿਲਕੁਲ ਵੀ ਕੁਛ ਨਹੀਂ ਹੋਇਆ ਇੰਨੇ ਸਾਲਾਂ ਦੇ ਵਿੱਚ। ਅਤੇ ਮੈਂ ਲੈ ਰਹੀ ਹਾਂ ਥੋੜ੍ਹਾ ਜਿਹਾ ਇਹਦੇ ਵਾਸਤੇ ਛਿਲਕਾ, ਕਿਉਂਕਿ ਪਿੰਡਾਂ 'ਚ ਤਾਂ ਆਸਾਨੀ ਦੇ ਨਾਲ ਇਹ 3-4 ਰੁਪਏ ਕਿਲੋ ਜਿਹੜਾ ਉਹ ਮਿਲ ਜਾਂਦਾ, ਅਤੇ ਮੈਂ ਇਕੱਠਾ ਹੀ ਲਿਆ ਕੇ ਰੱਖਿਆ ਹੋਇਆ। ਆਪਾਂ ਕੋਕੋਪੀਟ ਦੀ ਜਿਹੜੀ ਵਰਤੋਂ ਆ ਮੈਂ ਨਹੀਂ ਕਰਦੀ, ਕਿਉਂਕਿ ਕੋਕੋਪੀਟ ਦੇ ਨਾਲ ਕੀ ਹੁੰਦਾ ਆ ਫੰਗਸ ਮੈਂ ਦੇਖਿਆ ਕਿ ਬਹੁਤ ਜਿਹੜੀ ਆ ਉਹ ਛੇਤੀ ਲੱਗਦੀ ਆ ਫੰਗਸ ਕੋਕੋਪੀਟ ਨਾਲ, ਇਸ ਕਰਕੇ ਮੈਂ ਨਹੀਂ ਲਗਾਉਂਦੀ ਹੈਗੀ। ਥੋੜ੍ਹਾ ਜਿਹਾ ਮੈਂ ਇਹ ਛਿਲਕਾ ਪਾ ਲੈਣਾ ਆ, ਅੰਦਾਜ਼ੇ ਨਾਲ ਹੀ ਤੁਸੀਂ ਪਾ ਲਓ, ਇਹ ਕੋਈ ਜ਼ਰੂਰੀ ਨਹੀਂ ਹੁੰਦਾ ਜੀ ਇੰਨੀ ਚੀਜ਼ ਜੀ ਇਹ ਪਾਣੀ ਜਾਂ ਇੰਨੀ ਪਾਣੀ। ਤੁਸੀਂ ਕੋਸ਼ਿਸ਼ ਕਰੋ ਕਿ ਜਿਹੜੀ ਮਿੱਟੀ ਆ ਉਹ ਜ਼ਿਆਦਾ ਪਾਓ, ਅਤੇ ਇਸ ਵਕਤ ਜਿਹੜਾ ਗੋਬਰ ਆ ਉਹ ਬਾਰਿਸ਼ ਨਾਲ ਬਿਲਕੁਲ ਗਿੱਲਾ ਹੋ ਚੁੱਕਾ ਆ, ਅਤੇ ਇਸ ਕਰਕੇ ਮੈਂ ਇਸ ਤਰ੍ਹਾਂ ਦੀਆਂ ਜਿਹੜੀਆਂ ਪਾਥੀਆਂ ਆ ਇਹਨਾਂ ਨੂੰ ਲੈ ਲਿਆ ਆ ਮੁੱਲ, ਅਤੇ ਇਹ 2-3 ਰੁਪਏ ਦੀ ਆਮ ਹੀ ਪਿੰਡਾਂ ਦੇ ਵਿੱਚੋਂ ਮਿਲ ਜਾਂਦੀ ਆ, ਅਤੇ ਇਹਨੂੰ ਆਪਾਂ ਥੋੜ੍ਹਾ ਜਿਹਾ ਬਰੀਕ ਇਸ ਤਰ੍ਹਾਂ ਪੀਸ ਲਵਾਂਗੇ ਅਤੇ ਇਹਨੂੰ ਆਪਾਂ ਜਿਹੜਾ ਮਿੱਟੀ ਦੇ ਵਿੱਚ ਮਿਕਸ ਕਰ ਦੇਵਾਂਗੇ, ਅਤੇ ਜ਼ਿਆਦਾ ਨਹੀਂ ਪਾਣੀ ਇਹ ਆਪਾਂ ਇਹਨੂੰ ਆਪਾਂ ਅੱਧੀ ਕੁ ਨੂੰ ਹੀ ਪਾਵਾਂਗੇ, ਕਿਉਂਕਿ ਪਹਿਲਾਂ ਸ਼ੁਰੂਆਤੀ ਦਿਨਾਂ ਦੇ ਵਿੱਚ ਜ਼ਿਆਦਾ ਜਿਹੜਾ ਗੋਬਰ ਆ ਉਹ ਨਹੀਂ ਪਾਉਣਾ ਚਾਹੀਦਾ ਕਿਸੇ ਵੀ ਬੂਟੇ ਦੇ ਵਿੱਚ। ਬਾਅਦ ਦੇ ਵਿੱਚ ਤੁਸੀਂ ਦੇ ਸਕਦੇ ਹੋ ਜਦੋਂ ਪਲਾਂਟ ਦੀਆਂ ਜੜ੍ਹਾਂ ਚੱਲ ਪੈਣ, ਫਿਰ ਤੁਸੀਂ ਆਸਾਨੀ ਦੇ ਨਾਲ ਜਿਹੜਾ ਆ ਉਹ ਗੋਬਰ ਜਿੰਨਾ ਚਾਹੋ ਦੇ ਦਿਓ। ਅਤੇ ਹੁਣ ਆਪਾਂ ਇਹਨੂੰ ਇਹਦੇ ਨਾਲ ਭਰ ਲਵਾਂਗੇ ਗਮਲੇ ਨੂੰ, ਇਹ ਬਿਲਕੁਲ ਵੀ ਕੋਈ ਇੰਨਾ ਨਹੀਂ ਹੈਗਾ ਜੀ ਜੇ ਪਾਓ ਜਾਂ ਵੋ ਪਾਓ, ਇਸ ਤਰ੍ਹਾਂ ਦਾ ਕੁਛ ਨਹੀਂ ਹੈਗਾ। ਤੁਸੀਂ ਫੰਗੀ ਸਾਈਡ ਥੋੜ੍ਹਾ ਜਿਹਾ ਨਾਲ ਪਾ ਦਿਓ ਅਤੇ ਬਸ ਸਿੰਪਲ ਤਰੀਕੇ ਦੇ ਨਾਲ ਜਿਹੜਾ ਬੂਟਾ ਆ ਲਗਾ ਦਿਓ, ਕੁਛ ਨਹੀਂ ਹੁੰਦਾ ਬੂਟੇ ਨੂੰ, ਸਿਰਫ ਮਿੱਟੀ ਜਿਹੜੀ ਆ ਉਹ ਜ਼ਰੂਰੀ ਹੁੰਦੀ ਆ ਅਤੇ ਪਾਣੀ। ਮੈਂ ਤਾਂ ਕਦੀ ਵੀ ਕੁਛ ਨਹੀਂ ਫਾਲਤੂ ਚੀਜ਼ਾਂ ਜਾਂ ਫਾਲਤੂ ਖਰਚਾ ਨਹੀਂ ਕੀਤਾ ਕਿਸੇ ਵੀ ਚੀਜ਼ 'ਤੇ, ਮੇਰੇ ਕੋਲ ਤਾਂ ਬੂਟੇ ਬੜੇ ਵਧੀਆ ਮੇਰੇ ਮਤਲਬ ਚੱਲਦੇ ਆ ਸਾਰੇ। ਅਤੇ ਬਸ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਹੋਰ ਪਾ ਲਾਂਗੇ, ਅਤੇ ਇਹਦੇ ਨਾਲ ਮੈਂ ਗਮਲਾ ਜਿਹੜਾ ਹੁਣ ਪਹਿਲਾਂ ਭਰ ਲਵਾਂ, ਕਿਉਂਕਿ ਮੈਂ ਆਪ ਹੀ ਵੀਡੀਓ ਬਣਾ ਰਹੀ ਹਾਂ ਅਤੇ ਆਪ ਹੀ ਮੈਂ ਜਿਹੜਾ ਆ ਮਿੱਟੀ ਨੂੰ ਮਿਕਸ ਕਰ ਰਹੀ ਹਾਂ ਇਸ ਤਰ੍ਹਾਂ। ਇਹਦੇ ਥੱਲੇ ਆਪਾਂ ਛੇਕਦੇ, ਜਾਂ ਤਾਂ ਤੁਸੀਂ ਇਸ ਤਰ੍ਹਾਂ ਜਿਹੜੀ ਗ੍ਰੀਨ ਨੈੱਟ ਆ ਉਹ ਰੱਖ ਦਿਓ, ਅਤੇ ਜਾਂ ਇਸ ਤਰ੍ਹਾਂ ਦੇ ਜਿਹੜੇ ਗਮਲਿਆਂ ਦੇ ਸੀਮੈਂਟ ਦੇ ਟੁਕੜੇ ਹੁੰਦੇ ਆ ਇਹ ਵੀ ਤੁਸੀਂ ਰੱਖ ਸਕਦੇ ਹੋ, ਜੋ ਵੀ ਤੁਹਾਡੇ ਕੋਲ ਮਿਲ ਜਾਵੇ ਤੁਸੀਂ ਉਹੀ ਰੱਖ ਲਓ। ਬਸ ਕੋਈ ਕੁਛ ਵੀ ਕਰਨ ਦੀ ਜ਼ਰੂਰਤ ਨਹੀਂ ਹੈਗੀ, ਮਿੱਟੀ ਭਰੋ ਅਤੇ ਬੂਟਾ ਲਗਾ ਦਿਓ।
ਥੋੜ੍ਹਾ ਜਿਹਾ ਪਾਣੀ ਦਾ ਧਿਆਨ ਰੱਖੋ ਕਿ ਪਾਣੀ ਬਾਰਿਸ਼ ਦੇ ਵਿੱਚ ਜਿਹੜਾ ਉਹ ਜਮ੍ਹਾਂ ਨਾ ਹੋਵੇ। ਬਸ ਇਹਨੂੰ ਹੁਣ ਆਪਾਂ ਮਿੱਟੀ ਨੂੰ ਨੱਪ ਦੇਵਾਂਗੇ, ਕਿਉਂਕਿ ਬਾਅਦ ਵਿੱਚ ਜੇ ਮਿੱਟੀ ਜ਼ਿਆਦਾ ਨਹੀਂ ਬੈਠਣੀ ਚਾਹੀਦੀ, ਫਿਰ ਪਾਣੀ ਬਹੁਤ ਜਮ੍ਹਾਂ ਹੋ ਜਾਣਾ ਜੇ ਆਪਾਂ ਮਿੱਟੀ ਨੂੰ ਥੋੜ੍ਹੀ ਇਸ ਤਰ੍ਹਾਂ ਲੂਜ਼ ਹੀ ਛੱਡ ਦਾਂਗੇ ਅਤੇ ਪਾਣੀ ਜਿਹੜਾ ਉਹ ਬਹੁਤ ਜਮ੍ਹਾਂ ਹੋਊਗਾ। ਥੋੜ੍ਹੀ ਜਿਹੀ ਹੋਰ ਮਿੱਟੀ ਪਾ ਲੈਂਦੇ ਹਾਂ ਅਤੇ ਆਪਾਂ ਜਿਹੜੀ ਉਹਦੇ ਨਾਲੋਂ ਬੂਟੇ ਦੇ ਨਾਲ ਜਿਹੜੀ ਮਿੱਟੀ ਲੱਗੀ ਆ ਨਾ ਉਹਨੂੰ ਥੋੜ੍ਹਾ ਲਾ ਦੇਣਾ, ਕਿਉਂਕਿ ਉਹਦੇ ਵਿੱਚ ਨਾ ਬਹੁਤ ਜ਼ਿਆਦਾ ਰੇਤਾ ਜੀ ਮਿਕਸ ਕੀਤੀ ਹੋਈ ਆ, ਇਸ ਕਰਕੇ ਆਪਾਂ ਜਿਹੜੀ ਖਾਦ ਵਾਲੀ ਆਪਣੀ ਮਿੱਟੀ ਆ ਇਹ ਜ਼ਿਆਦਾ ਪਾਵਾਂਗੇ। ਹੁਣ ਦਿਖਾਉਂਦੀ ਹਾਂ, ਕਿਉਂਕਿ ਬੂਟਾ ਤਾਂ ਤੁਸੀਂ ਲਿਫਾਫਾ ਪਾੜ ਕੇ ਆਪਣੇ ਆਪ ਹਰ ਕੋਈ ਰੱਖ ਹੀ ਸਕਦਾ, ਜਿਹਨੂੰ ਬਿਲਕੁਲ ਵੀ ਪਲਾਂਟ ਲਗਾਉਣੇ ਨਹੀਂ ਆਉਂਦੇ ਇਹ ਤਾਂ ਉਹਨੇ ਵੀ ਲਿਫਾਫਾ ਪਾੜ ਕੇ ਤਾਂ ਰੱਖ ਹੀ ਲੈਣਾ, ਇਹਦੇ ਵਿੱਚ ਤਾਂ ਕੁਛ ਇੰਨਾ ਜ਼ਿਆਦਾ ਨਹੀਂ ਹੁੰਦਾ ਦਿਖਾਉਣ ਵਾਲਾ। ਅਤੇ ਹੁਣ ਮੈਂ ਇਹਨੂੰ ਪਹਿਲਾਂ ਰੱਖ ਲਵਾਂ ਵਿੱਚ। ਬੂਟਾ ਦੇਖੋ ਆਪਾਂ ਇਸ ਤਰ੍ਹਾਂ ਰੱਖ ਦਿੱਤਾ ਹੈ, ਥੋੜ੍ਹੀ ਥੋੜ੍ਹੀ ਮਿੱਟੀ ਜਿਹੜੀ ਇਹਦੀ ਮੈਂ ਲਾ ਦਿੱਤੀ ਹੈ ਸਾਈਡਾਂ ਤੋਂ, ਅਤੇ 2 ਮਿੰਟ ਦਾ ਹੀ ਕੰਮ ਆ ਬੂਟਾ ਇਸ ਤਰ੍ਹਾਂ ਸਿੰਪਲ ਤਰੀਕੇ ਨਾਲ ਲਗਾਉਣਾ, ਕੋਈ ਜ਼ਿਆਦਾ ਝੰਝਟ ਨਹੀਂ ਹੈਗਾ, ਇੱਕ ਬੱਚਾ ਵੀ ਇਹਨੂੰ ਆਸਾਨੀ ਦੇ ਨਾਲ ਲਗਾ ਸਕਦਾ। ਹੁਣ ਜਿੱਥੋਂ ਤੱਕ ਇਹਦੀਆਂ ਜੜ੍ਹਾਂ ਆ ਇੱਥੋਂ ਤੱਕ ਆਪਾਂ ਜਿਹੜੀ ਮਿੱਟੀ ਆ ਉਹ ਪਾਵਾਂਗੇ। ਤੁਸੀਂ ਵੀ ਇਸ ਮੌਸਮ ਦੇ ਵਿੱਚ ਜਿਹੜੇ ਸਰਕਾਰੀ ਨਰਸਰੀ ਜਾਓ ਉੱਥੇ ਆਸਾਨੀ ਦੇ ਨਾਲ ਜਿਹੜਾ 20 ਤੋਂ 25 ਤੋਂ 30 ਰੁਪਏ ਦੇ ਵਿੱਚ ਵਿੱਚ ਫਰੂਟ ਪਲਾਂਟ ਆ ਉਹ ਮਿਲ ਜਾਂਦਾ ਵਾ। ਕਈ ਨਰਸਰੀਆਂ ਦੇ ਵਿੱਚ ਤਾਂ ਜ਼ਿਆਦਾ ਆ, ਪਰ ਸਾਡੇ ਇੱਧਰ ਜਿਹੜੀਆਂ ਨਰਸਰੀਆਂ ਉਹਨਾਂ ਦੇ ਵਿੱਚ 2-3 ਵਰਾਇਟੀਆਂ ਮਿਲ ਰਹੀਆਂ ਆ, ਨਿੰਬੂ ਮਿਲ ਰਿਹਾ ਆ, ਕਿੰਨੂ ਮਿਲ ਰਿਹਾ, ਪਪੀਤਾ, ਅਮਰੂਦ ਅਤੇ ਅੰਬ, ਬਸ ਇੰਨੀਆਂ ਕੀ ਵਰਾਇਟੀਆਂ ਮਿਲ ਰਹੀਆਂ, ਬਾਕੀ ਹੋਰ ਨਹੀਂ ਹੈਗੀਆਂ ਕੋਈ ਵੀ। ਹਾਂਜੀ ਇਹ ਦੇਖੋ ਆਪਾਂ ਇੱਥੋਂ ਤੱਕ ਇਹਦੀ ਜਿਹੜੀ ਮਿੱਟੀ ਆ ਉਹ ਭਰ ਦਿੱਤੀ ਆ, ਅਤੇ ਪਾਣੀ ਦੇਣ ਦੀ ਤਾਂ ਇਹਨੂੰ ਹੁਣ ਜ਼ਰੂਰਤ ਨਹੀਂ ਹੈਗੀ, ਇਹਨੂੰ ਮੈਂ ਥੋੜ੍ਹਾ ਜਿਹਾ ਜਿਹੜਾ ਮਿੱਟੀ ਨੂੰ ਆ ਉਹ ਦਬਾ ਦੂੰਗੀ ਥੱਲੇ, ਅਤੇ ਆਪਣਾ ਜਿਹੜਾ ਬੂਟਾ ਲਾ ਕੇ ਉਹ ਤਿਆਰ ਹੋ ਗਿਆ, ਅਤੇ ਥੋੜ੍ਹੇ ਕੁ ਦਿਨ ਇਹਨੂੰ ਆਪਾਂ ਛਾਵੇਂ ਰੱਖਾਂਗੇ, ਉਸ ਤੋਂ ਬਾਅਦ ਇਹਨੂੰ ਆਪਾਂ ਧੁੱਪ ਦੇ ਵਿੱਚ ਕਰ ਦੇਵਾਂਗੇ ਮੀਂਹ ਦੇ ਵਿੱਚ, ਅਤੇ ਬਹੁਤ ਵਧੀਆ ਜਿਹੜਾ ਆਪਣਾ ਨਿੰਬੂ ਆ ਇਹ ਚੱਲ ਜਾਣਾ, ਕਿਉਂਕਿ ਇਸ ਮੌਸਮ ਦੇ ਵਿੱਚ ਬੂਟੇ ਜਿਹੜੇ ਉਹ ਸੁੱਕਦੇ ਨਹੀਂ ਹੈਗੇ, ਬਹੁਤ ਘੱਟ ਹੀ ਚਾਂਸ ਹੁੰਦੇ ਆ ਕਿ ਸੁੱਕਣ। ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ, ਮੇਰਾ ਇਹ ਸਿੰਪਲ ਜਿਹਾ ਤਰੀਕਾ ਚੰਗਾ ਲੱਗਾ ਫਰੂਟ ਪਲਾਂਟ ਲਗਾਉਣ ਦਾ, ਤਾਂ ਵੀਡੀਓ ਨੂੰ ਲਾਈਕ ਕਰਿਓ, ਕਮੈਂਟ ਕਰਿਓ, ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ ਜੀ।